अगर आपने हमारे चैनल को सब्सक्राइब नहीं किया है तो इसे सब्सक्राइब कर लें। गुरु गोविंद सिंह कॉलेज अंगेरा, नांदेड़ से लौटने वालों के लिए जिला प्रशासन द्वारा एकांत केंद्र बनाया गया है, जहां उन्हें शारीरिक रूप से मजबूत करने के लिए भोजन और स्वास्थ्य सुविधाएं प्रदान की जा रही हैं। वहीं मानसिक रूप से उन्हें मजबूत करने के लिए योग जैसी गतिविधियां संचालित की जा रही हैं। इस बीच एकांतवासी जिला प्रशासन द्वारा की गई व्यवस्था पर संतोष व्यक्त कर रहे हैं। ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ ਸਾਰੀ ਸੰਗਤਾਂ ਨੂੰ। ਅਸੀਂ ਸਰਕਾਰੀ ਹਸਪਤਾਲ ਮਹਿਲ ਕਲਾਂ ਦੇ ਵਿੱਚੋਂ, ਸਾਨੂੰ ਇੱਥੇ ਪਿਛਲੇ 6 ਦਿਨਾਂ ਤੋਂ ਅਸੀਂ ਇੱਥੇ ਰਹਿ ਰਹੇ ਹਾਂ, ਜਿਸ ਕਿ ਸਾਨੂੰ ਇੱਥੇ ਕਿਸੇ ਚੀਜ਼ ਦੀ ਪ੍ਰੋਬਲਮ ਨਹੀਂ ਆਈ। ਅਸੀਂ ਬਹੁਤ ਜ਼ਿਆਦਾ ਇੱਥੋਂ ਖੁਸ਼ ਹੋ ਕੇ ਗਏ ਹਾਂ, ਸਾਡੀ ਪੂਰੀ ਫੁੱਲ ਕੇਅਰ ਕੀਤੀ ਗਈ ਆ। ਅਸੀਂ ਵੀ ਸਾਰੇ ਹੈਲਥ ਡਿਪਾਰਟਮੈਂਟ ਦਾ ਦਿਲੋਂ ਧੰਨਵਾਦ ਕਰਦੇ ਹਾਂ ਸਾਡੀ ਇੰਨੀ ਕੇਅਰ ਕਰਨ ਵਾਸਤੇ। ਟਾਈਮ ਟੂ ਟਾਈਮ ਖਾਣਾ, ਟਾਈਮ ਟੂ ਟਾਈਮ ਸਾਰੀਆਂ ਚੀਜ਼ਾਂ ਦੀਆਂ ਸਹੂਲਤਾਂ ਸਾਨੂੰ ਦਿੱਤੀਆਂ ਗਈਆਂ ਨੇ, ਅਸੀਂ ਦਿਲੋਂ ਧੰਨਵਾਦ ਕਰਦੇ ਹਾਂਗੇ ਟੀਮ ਮਹਿਲ ਕਲਾਂ ਅਤੇ ਸਰਕਾਰੀ ਹਸਪਤਾਲ ਦੇ ਜਿੰਨੇ ਵੀ ਸਟਾਫ ਮੈਂਬਰ ਨੇ, ਸਭ ਦਾ ਦਿਲੋਂ ਧੰਨਵਾਦ। अगर आपने हमारे चैनल को सब्सक्राइब नहीं किया है तो इसे सब्सक्राइब कर लें।